कच्ची किश्किला काम कर ला रिजक वाला सोने की जात ने देना बाजी ने वादा किया कि देने देने हां बिल्कुल सही है हां सदके जावा सोने तेरे को मैं ना उन्हें तेरा घर देखिया ना लगाया ना ना कोई गल ना कोई बात सारा घर हां अम्मा ने हां वीडियो ना आई सी उन्हें तेरा किथे देखिया है अल्लाह सोने ने आखा के जा अंदर हां नहीं नीचे पहुंच के आई है मरे हां ना ना बस खिचते रही ना बाजी दिया चढ़ के बाल पै गई घर लभ गया अगो हां बाजी हो गई मंगल नो करना जरा मंगल आना ना अच्छा माई बर्तन भी कहती मैं झाड़ू भी सफाई भी करनी है बर्तन भी तो कपड़े भी धोने सामने घर में पाई साल धोती अलग अलग घर लाए ਇਥੇ ਤਕਰੀਬਨ ਹਰ ਕਾਰ ਚ ਲੱਗੀ ਹੈ ਨਾ ਕੰਮ ਕਿੱਥੇ ਇਸ ਏਰੀਏ ਵਿੱਚ ਹਾਂ ਹਰ ਕਾਰ ਚ ਲੱਗੀ ਹੈ ਕੰਮ ਦੇ ਕੰਮ ਨਹੀਂ ਪਾਈ ਕਿਤੇ ਇੱਥੇ ਵੇ ਠੀਕ ਹੈ ਤੇ ਕਿਉਂ ਦੇ ਜਿਹੜੀ ਬਾਜੀ ਮੈਨੂੰ ਕੱਲ੍ਹ ਨਹੀਂ ਆਉਂਦੀ ਜਿਹੜੇ ਮੇਰੇ ਕੱਪੜੇ ਵੀ ਸੀਂਦੇ ਨੇ ਉਹਨਾਂ ਦੀ ਬਹੂ ਬਾਜੀ ਉਹਨਾਂ ਨੂੰ ਛੱਡਣ ਗਏ ਸਨ ਤੇ ਵਾਪਸੀ ਤੇ ਉਹਨਾਂ ਵੱਲ ਗਏ ਇਹਨਾਂ ਨੇ ਆਪਸ ਹੀ ਕੀਤਾ ਹੈ ਨਾ ਦੋਵਾਂ ਨੇ ਇਹ ਵਾਲੀ ਬਾਜੀ ਨੇ ਤੇ ਉਹ ਐਨਕ ਵਾਲੀ ਬਾਜੀ ਨੇ ਇੱਕ ਦੂਸਰੇ ਦੇ ਨਾਲ ਨਹੀਂ ਇਹਨਾਂ ਦੀ ਬੇਟੀ ਹੈ ਤੇ ਉਹਨਾਂ ਦਾ ਬੇਟਾ ਐਨਕ ਵਾਲੀ ਬਾਜੀ ਕੁੜਮੀਆਂ ਨੇ ਮੇਰੇ ਪੈਣ ਨੇ ਸੱਚੀ ਵੈਂਦੀ ਦੀ ਸ਼ਕਲ ਵੀ ਮਿਲਦੀ ਸੀ ਚਲੋ ਬਾਜੀ ਆ ਜਾ ਹੁਣ ਕੀ ਕਰਨਾ ਇੱਥੇ ਕੀ ਖੁਸ਼ੀ ਸਿੱਕਰੀ
ਬਹੁਤ ਅੱਛਾ ਕਲਾਕ ਸੁਣਾਉਂਦਾ ਜੀਂਦਾ ਤੇ ਯਾਦ ਕਰਨ ਦੀਆਂ ਦਿਲ ਤੇ ਨਹੀਂ ਕਰਦਾ ਹੋਣਾ ਮੇਰੀ ਮਜਬੂਰੀਆਂ ਤੇ ਆਪਣੀਆਂ ਉਹਨਾਂ ਦੀਆਂ ਲਾਦਾਂ ਗੜੀਆਂ ਚ ਵਾਂਸ ਜਿਹੜੀਆਂ ਪਤਾ ਨਹੀਂ ਬਾਜੀ ਵਿਚਾਰੀਆਂ ਨੂੰ ਕੀ ਕਰੀਏ ਭਰਾਵਾਂ ਦੀ ਵਿਚਾਰਾ ਨਾ ਭਰਾਵਾਂ ਦੀ ਲਾਜਵਾਨ ਦੂਸਰਿਆਂ ਵਾਸਤੇ ਬੜਾ ਕੁਛ ਸਕੂਲ ਰੋਜ਼ ਹੋ ਲੱਗ ਗਿਆ ਰੋਜ਼ਾਨਾ ਹੀ ਭਾਜੀ ਹੋ ਜਾਂਦੇ ਪਰ ਇੱਕ ਦਿਨ ਛੁੱਟੀ ਕੋਈ ਨਾ ਨਹੀਂ ਕੋਈ ਛੁੱਟੀ ਨਹੀਂ ਦੀ ਪੇਪਰ ਨਹੀਂ ਆਉਂਦੇ ਪਏ ਪੇਪਰ ਹੋਣੇ ਨੇ ਭਾਜੀ ਆ 15 ਤਰੀਕ ਤੋਂ ਸ਼ੁਰੂ ਹੋਣੇ ਪਰ ਅੰਮੀ ਘਰ ਕੀ ਮਜ਼ਾ ਆਇਆ ਭਾਜੀ ਕੀ ਮਜ਼ਾ ਆਇਆ ਭਾਬੀ ਆ ਗਈ ਕੋਈ ਨਹੀਂ ਆਈ ਭਾਜੀ ਅੰਮੀ ਤੁਸੀਂ ਗਈ ਹਾਂ ਉਸ ਉੱਤੇ ਜਾ ਕੇ ਲੈਣ ਦੀ ਸਾਡਾ ਪਿਓ ਹੀ ਨਹੀਂ ਮੰਨਦਾ ਦੱਸੇ ਕਿ ਉਹਦਾ ਬੁਰਾ ਭਾਈ ਹੈ ਅਤੇ ਭਰਾ ਭਰਾ ਤੋਂ ਚਾਰਾ ਤਰ ਲਿਆ ਅਤੇ ਕਾਕੜ ਦੀ ਭਰੀ ਲੱਪੀ ਗਈ ਮੈਂ ਬਰਾਤ ਨਾਲ ਨੀ ਹੁੰਦਾ ਪਿਆ ਲੈਣ ਬੰਦਾ ਹੋਵੇ ਬੰਦਾ ਕੀ ਆਉਂਦਾ ਬੰਦਾ ਆਉਂਦਾ ਮੈਂ ਜਾਂਦਾ ਪਿਓ ਦਾ ਤੂੰ ਜਾਏਗਾ ਤਾਂ ਇੱਥੇ ਬੈਠਾ ਇੱਥੇ ਰਹਿ ਨਹੀਂ ਸਕਦਾ ਪਰ ਜਿੱਦਣ ਮੈਂ ਕੀ ਦੱਸਾਂ ਮੈਂ ਢਿੱਡ 'ਚ ਰੱਖ ਲਵਾਂ ਅਤੇ ਆਪਦੇ ਬਾਹਰ ਕੱਢ ਲਵਾਂ ਅਤੇ ਪੜ੍ਹਾਈ ਸਾਡੇ ਵੱਡੇ ਬਟੇਰੇ ਨਾ ਕਈ ਜਗ੍ਹਾ 'ਚ ਜਿੱਦਾਂ ਕਰਦੇ ਨਾ ਤਾਂ ਬਾਈ ਆਉਂਦੇ ਮੇਰਾ ਜਿਹੜਾ ਛੋਟੀ ਭੈਣ ਹੈ ਨਾ ਉਹਦੇ ਨਾਲ ਨਿਕਾਹ ਕੀਤਾ ਸ਼ਮਾ ਦਾ ਬਸ ਉਹਦੇ ਬੰਦੇ ਦਾ ਖਾਨਾ ਖਰਾਬ ਕੇ ਹੁੰਦਾ ਉਹ ਪੱਟੀ ਪੜਾਉਂਦਾ ਉਹ ਹੀ ਪੱਟੀ ਪੜਾਉਂਦਾ ਫਿਰ ਅਸੀਂ ਤਾਂ ਉਹ ਹੀ ਬੇੜਾ ਗਰਮ ਕੀਤੀ ਖਲੋਤਾ ਸੀ ਬਾਜੀ ਆਉਂਦਾ ਜਾਂਦਾ ਹੈ ਘਰ ਨਹੀਂ ਬਾਜੀ ਆਉਂਦਾ ਰਹਿੰਦਾ ਇੰਨਾ ਹੀ ਉਹਨੇ ਆਪਣੇ ਕਾਬੂ 'ਚ ਕਰ ਲਿਆ ਕਾਬੂ 'ਚ ਕਰ ਲਈ ਮੇਰੇ ਪਿਓ ਨੇ ਕਰ ਲਏ ਬਸ ਉਹਨੇ ਪਤਾ ਨਹੀਂ ਉਹਨੇ ਮੇਰੇ ਪਿਓ ਨੇ ਕੀ ਕੀਤਾ ਕਿਵੇਂ ਨਹੀਂ ਜਮਾ ਨਹੀਂ ਸਾਡੇ ਦੱਸਦੇ ਸਨ ਕਹਿੰਦਾ ਮੈਂ ਨਹੀਂ ਇੱਥੇ ਕਰਨਾ ਅਸੀਂ ਆਉਣੀਆਂ ਘਰ ਅਤੇ ਹੁਣ ਮੇਰੇ ਪਿਓ ਨੂੰ ਉਹਨੇ ਐਸਾ ਪਤਾ ਨਹੀਂ ਉਹਨੇ ਬਾਜੀ ਕੀ ਕੀਤਾ ਇਹ ਤਲਾ ਸੋਨਾ ਜਾਣਦਾ ਹੀ ਜਾਣਾ ਹੋ ਜਾਂਦਾ ਅੱਛਾ ਸਾਰਾ ਪੈਸਾ ਤੇਲਾ ਵੀ ਮੇਰੇ ਪਿਓ ਨੇ ਉਹਦੇ ਗੁਜਰੀ ਹਾਂ ਮਤਲਬ ਪੁੱਤਰ ਨਾਲ ਨਹੀਂ ਇਹਨਾਂ ਦੇ ਪੁੱਤਰ ਨਾਲ ਨਹੀਂ ਜਵਾਈ ਨਾਲ ਜਵਾਈ ਜਿਹੜਾ ਉਹ ਵੀ ਨਵਾਂ ਦੂਸਰਿਆਂ ਨਾਲ ਨਹੀਂ ਤੇ ਧੀਆਂ ਵਿੱਚੋਂ ਕਿਸੇ ਦੀ ਗੱਲ ਨਹੀਂ ਸੁਣਦੇ ਕੋਈ ਲਾਡਲੀ ਨਾ ਕੋਈ ਕਿਸੇ ਦੀ ਨਹੀਂ ਸੁਣਦਾ ਬਾਜੀ ਹੁੰਦਾ ਸਿਰਫ ਨਵੀਦ ਨਵੀਦ ਅੱਛਾ ਉਹਨਾਂ ਨੂੰ ਨਵੀਦ ਨਵੀਦ ਸਿਰਫ ਤੁਹਾਡੇ ਸਾਹਮਣੇ ਅੱਜ ਫੋਨ ਸ਼ੋਨ ਆਉਂਦੇ ਨੇ ਕਿੰਨੇ ਉਹਨਾਂ ਦੇ ਹੋਰ ਜਵਾਈ ਦਾ ਮਤਲਬ ਉਹਨਾਂ ਗੱਲ ਕਰਦੇ ਹੁੰਦੇ ਨੇ ਪਤਾ ਚੱਲਦਾ ਆਪੂ ਕਰਦੇ ਸਾਰਾ ਕੁਛ ਹੁੰਦਾ ਅੱਬੂ ਨੂੰ ਕਹਿਣਾ ਸੀ ਨਾ ਕਿ ਤੇ ਕੋਈ ਤਰੀਕਾ ਕਰ ਕੋਈ ਏਡਾ ਵੀ ਨਹੀਂ ਸਹੀ ਗੱਲ ਤਾਂ ਚਲੋ ਬੰਦਾ ਕਿਸੇ ਦੀ ਮੰਨ ਲੈਂਦਾ ਲੇਕਿਨ ਗਲਤ ਉਹ ਨਜ਼ਰ ਹੀ ਨਹੀਂ ਨਾ ਪੈਂਦੀਆਂ ਮੀਆਂ ਨੂੰ ਤਾਂ ਕੋਈ ਹੋਈ ਨਹੀਂ ਤੇ ਫਿਰ ਪਤਾ ਮੇਰਾ ਸਿਰ ਸਾਫ਼ ਸੀ ਕਿੰਨੀ ਦਫ਼ਾ ਤੂੰ ਚੱਲ ਧੱਕਾ ਕਿ ਲੀਖਾਂ ਤੂੰ ਲੀਖਾਂ
ਮੈਂ ਕੰਬਲ ਸਰਚੇ ਕੀਤੇ ਹੋਣੇ ਆ। ਮੈਂ ਤਾਂ ਨਹੀਂ ਲਈ ਆ ਘਰ, ਆਰਾਮ ਨਾਲ ਕਰ ਲਈ। ਤੂੰ ਆਵਾਜ਼ ਨਹੀਂ ਆਉਂਦੀ। ਤੁਹਾਨੂੰ ਮੈਂ ਕਿਹਾ ਮੈਂ ਇੱਥੇ ਧੋ ਕੇ ਟੈਨਸ਼ਨ ਨਾ। ਇੱਥੋਂ ਗਿੱਲਾ ਕਹਿੰਦੇ ਤੂੰ ਚੁੱਕ ਕੇ ਲੈ ਕੇ ਜਾਏਂਗੀ। ਯਾਂ ਤਾਂ ਉਹਨਾਂ ਦੇ ਉੱਪਰ ਟੂਟੀ ਹੋਏ ਨਾ, ਤਾਂ ਸਰਫ਼ ਵੀ ਲਾਈ ਆ ਅਤੇ ਦਾਬੜਾ ਵੀ। ਮੈਂ ਚੁੱਕ ਕੇ ਲੈ ਗਏ, ਮੇਰੀ ਟੈਨਸ਼ਨ ਨਾ ਲਵਾ ਤੁਸੀਂ। ਨਿੱਚੜ ਜਾਣਾ ਐਡਾ ਸੋਹਣਾ ਹੋ ਜਾਂਦਾ ਅਤੇ ਮੈਂ ਪਾ ਦਿੰਦਾ ਐਡਾ ਪਿਆਰਾ ਸੁੱਕ ਜਾਣਾ। ਤੈਨੂੰ ਸ਼ਾਮ ਨੂੰ ਲਾ ਕੇ ਦੇਖ ਲੈਣਾ। ਤੂੰ ਆਪੀ ਵੀ ਲਾ ਦੇਣੀ ਆ, ਲੇਕਿਨ ਅੱਛਾ ਨਹੀਂ ਨਾ ਲੱਗਦਾ ਕਿਸੇ ਦਾ। ਅੱਛੀ ਪੈ ਗਈ ਤੁਹਾਨੂੰ, ਅੱਛਾ ਤੁਹਾਡੇ ਘਰ ਤੁਸੀਂ ਮੈਨੂੰ ਪਾ ਨਹੀਂ ਬੈਠੇ। ਮੈਨੂੰ ਉਹਨਾਂ ਨੇ ਕੁਛ ਨਹੀਂ ਚਾਹੀਦਾ। ਆਹ ਵੀ ਕਹਿੰਦਾ ਕੁਛ ਨਹੀਂ ਮੇਰੀ ਬੱਚੇ ਦਾ। ਬਾਜੀ ਵੀ ਨਾ ਅੱਜ ਕੱਲ੍ਹ ਦੋ ਤਿੰਨ ਦਫ਼ਾ ਟਾਕਰਾ ਹੋਇਆ। ਕੀ ਹਾਲ ਹੈ? ਠੀਕ ਹੈ ਬਸ। ਬੁੱਤੀ ਹੋ ਗਿਆ ਤੇਰੇ ਨਾਲ ਤਾਂ ਸੋ ਰਹੇ ਨਾ? ਬਸ ਚਲੋ, ਮਾੜੀ ਮੋਟੀ ਰੱਖਣੀ ਚਾਹੀਦੀ। ਉੱਥੋਂ ਜੀ ਇਕੱਠੀਆਂ ਗਈਆਂ ਨੇ ਸਭ ਫੋਰ ਵੀ ਕੱਪੜੇ ਲੈ ਲਓ ਨਾ ਸੋ ਸਾਰੇ ਸਾਰੇ ਟੱਬਰ ਸਾਰੇ ਟੱਬਰ ਦੇ ਲੈ ਕੇ ਜਾਣਾ ਪੰਜ ਪੰਜ ਜੋੜੇ। ਚੀਨੀ ਦਾ ਵੀ ਹੋਰ ਕੁੜੀਆਂ ਜਿਹੜੀਆਂ ਦੱਸੀਆਂ